ਖੁਸ਼ੀ ਦਾ ਮਾਹੌਲ ਆ। ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਪੈਲਸ ਦੇ ਵਿੱਚ ਨਿਊਜ਼ 18 ਪੰਜਾਬ ਦੀ ਜਿਹੜੀ ਵੱਡੀ LED ਆ ਲੱਗੀ ਹੋਈ ਹੈ। ਨਤੀਜੇ ਨਾਲ ਦੀ ਨਾਲ ਜਿਹੜੇ ਹੈਗੇ ਨੇ ਉਹ ਵਰਕਰ ਦੇਖ ਰਹੇ ਨੇ ਤੇ ਭੰਗੜੇ ਪਾਏ ਜਾ ਰਹੇ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ, ਜਿਨ੍ਹਾਂ ਦੇ ਵੱਲੋਂ ਤਕਰੀਬਨ 2 ਮਹੀਨੇ ਮਿਹਨਤਾਂ ਕੀਤੀਆਂ ਗਈਆਂ ਸੀ ਸੰਗਰੂਰ ਦੀ ਸੀਟ ਜਿਤਾਉਣ ਦੇ ਲਈ, ਤਾਂ ਹੁਣ ਭੰਗੜੇ ਪਾਏ ਜਾ ਰਹੇ ਨੇ। ਕਿਵੇਂ ਦੇਖਦਾ ਬਾਈ ਭੰਗੜੇ ਪਾ ਰਹੇ ਜੀ? ਇਹ ਜਿੱਤ ਬਹੁਤ ਬੜੀ ਜਿੱਤ ਹੈ, ਇਹਨਾਂ ਨੇ ਬੜਾ ਗੰਦ ਪਾਇਆ ਪਿੱਛੇ ਸਰਕਾਰਾਂ ਨੇ। ਜਿਹੜਾ ਬਾਈ ਜਿੱਤੇ ਮੀਰ ਸਿੰਘ ਹੇਰ, ਬੜਾ ਨਾਈਸ ਪਰਸਨ, ਉਹਦੇ ਚਿਹਰੇ ਤੇ ਵੋਟ ਪਾਏ ਨੇ। ਜਿਹੜੇ ਲਹਿਰਾ ਗਾਗਾ ਸੀਟ ਆਈ ਹੈ ਵਰਿੰਦਰ ਸਿੰਘ ਵਕੀਲ ਜਿਹੜੇ MLA ਨੇ, ਉੱਥੇ ਜਿੱਥੇ ਜਿੰਨੇ ਵੀ ਵੋਟ ਪਏ ਨੇ ਬਾਈ ਮੀਰ ਹੇਰ ਦੇ ਫੇਸ ਨੂੰ ਦੇਖ ਕੇ ਵੋਟ ਪਾਏ ਗਏ ਨੇ। ਇਹ ਸਾਡੀ ਪੰਜਾਬ ਦੀ ਸਭ ਤੋਂ ਵੱਡੀ ਜਿੱਤ ਹੈ। ਭੰਗੜੇ ਦਾ ਪਾ ਰਹੇ ਹੋ, ਨੱਚ ਰਹੇ ਹੋ, ਗਾ ਰਹੇ ਹੋ, ਨਾਲ ਦੀ ਨਾਲ ਸਕਰੀਨ ਲਾ ਰਕੇ ਸਾਡੇ ਚੈਨਲ ਦੀ ਵੱਡੀ ਨਿਊਜ਼ 18 ਪੰਜਾਬ ਦੀ, ਨਾਲ ਦੀ ਨਾਲ ਭੰਗੜੇ ਪਾਉਣੇ ਨੇ, ਨਾਲ ਦੀ ਨਾਲ ਨਤੀਜੇ ਦੇਖਣੇ ਨੇ। ਬਾਈ ਜੀ ਇਹ ਖੁਸ਼ੀ ਇੰਨੀ ਹੈ ਕਿ ਰੁਕੇ ਨਹੀਂ ਜਾਂਦਾ। ਬਾਈ ਦੀ ਜਿੱਤ ਨੂੰ ਦੇਖਦੇ ਹੋਏ ਆਟੋਮੈਟਿਕ ਦਿਲ ਕਰਦਾ, ਪੈਰ ਉੱਠਦਾ। ਇਹ ਜਿੱਤ ਬਹੁਤ ਬੜੀ ਹੈ ਪੰਜਾਬ ਚ, ਅੱਗੇ ਕਾਮਯਾਬੀ ਦਾ ਦਿਖ ਰਿਹਾ ਵੀ ਅੱਗੇ ਪੰਜਾਬ ਦੀ ਜਿਹੜੀ ਉਤਰੀ ਹੋਈ ਪੱਟੀ ਹੈ ਦੁਆਰੇ ਲਹਿਰ ਫੜਦੀ ਹੋਈ ਦਿਖਾਈ ਦਿੰਦੀ ਵੀ ਤਰੱਕੀ ਹੋਣੀ ਹੈ ਪੰਜਾਬ। ਬਿਲਕੁਲ ਲਗਾਤਾਰ ਭੰਗੜੇ ਪੈ ਰਹੇ ਨੇ, ਨਿਊਜ਼ 18 ਪੰਜਾਬ ਦੀ ਵੱਡੀ ਸਕਰੀਨ ਦੇਖ ਸਕਦੇ ਹੋ ਤੁਸੀਂ, ਪੈਲਸ ਦੇ ਵਿੱਚ ਵੱਡੀ ਸਕਰੀਨ ਲੱਗੀ ਹੋ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਜਿਹੜੇ ਲਗਾਤਾਰ 2 ਮਹੀਨਿਆਂ ਤੋਂ ਮਿਹਨਤ ਕਰ ਰਹੇ ਸੀ ਚਲਦੀ ਗਰਮੀ ਦੇ ਵਿੱਚ, ਲਗਾਤਾਰ ਡੋਰ ਟੂ ਡੋਰ ਕੰਪੇਨਿੰਗ, ਰੋਡ ਸ਼ੋ, ਹਰ ਇੱਕ ਤਰੀਕੇ ਦਾ ਜਿਹੜਾ ਹੈਗਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ। ਤਾਂ ਹੁਣ ਗੱਲ ਕਰੀਏ, ਜਦੋਂ ਲਗਾਤਾਰ ਲੀਡ ਅੱਗੇ ਜਾ ਰਹੀ ਆ ਤਾਂ ਨਿਊਜ਼ 18 ਦੀ ਵੱਡੀ ਇੱਕ ਸਕਰੀਨ ਲੱਗੀ ਹੋਈ ਹੈ, ਨਤੀਜੇ ਨਾਲ ਦੀ ਨਾਲ ਚੱਲ ਰਹੇ ਨੇ ਤੇ ਨਾਲ ਦੀ ਨਾਲ ਜਿਹੜੇ ਭੰਗੜੇ ਨੇ ਉਹ ਪਾਏ ਜਾ ਰਹੇ ਨੇ। ਤਾਂ ਲਗਾਤਾਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿਉਂਕਿ ਗੁਰਮੀਤ ਸਿੰਘ ਵੀਰ ਲਗਭਗ ਸਵੇਰ ਤੋਂ ਵੀ ਜਿਹੜੇ ਹੈਗੇ ਨੇ ਲੀਡ ਦੇ ਵਿੱਚ ਨਜ਼ਰ ਆ ਰਹੇ ਨੇ। ਜਿੱਤ ਸਮਰਥਕਾਂ ਦੇ ਵੱਲੋਂ ਪੱਕੀ ਕਹੀ ਜਾ ਰਹੀ ਆ ਕਿ ਪੱਕੀ ਜਿੱਤਾ। ਬਾਈ ਕਿਵੇਂ ਦੇਖ ਰਹੇ ਹੋ, ਪਾ ਰਹੇ ਹੋ ਭੰਗੜੇ ਭੁਗੜੇ ਫਿਰ? ਬਾਈ ਜੀ ਮੀਰ ਤਿਹਾਰ ਜੀ ਜਿੱਤ ਗਏ, 1.25 ਲੱਖ ਵੋਟ ਤੋਂ ਉੱਪਰ ਮਾਨ ਸਾਹਿਬ ਦੀ ਇੱਜ਼ਤ ਰਹੇਗੀ। ਜਿਵੇਂ ਕਿ ਮਾਨ ਸਾਹਿਬ ਨੇ ਜਿਹੜੇ ਉਹਦੇ ਵਰਕਰ ਸਾਰੇ ਹੀ ਖੁਸ਼ੀਆਂ ਮਨਾ ਰਹੇ ਨੇ। ਭੰਗੜੇ ਦਾ ਪਾ ਰਹੇ ਹੋ, ਨਾਲ ਸਾਡਾ ਨਿਊਜ਼ 18 ਵੀ ਦੇਖ ਰਹੇ ਹੋ ਵੀ ਨਤੀਜੇ ਵੀ ਨਾਲ? ਬਿਲਕੁਲ ਜੀ, ਨਿਊਜ਼ 18 ਵੀ ਦੇਖ ਰਹੇ ਹਾਂ, ਨਾਲ ਦੀ ਨਾਲ ਨਤੀਜੇ ਵੀ ਦੇਖ ਰਹੇ ਹਾਂ। ਖੁਸ਼ੀ ਦਾ ਮਾਹੌਲ ਆ, ਤੁਹਾਨੂੰ ਅੰਦਰ ਦੀਆਂ ਤਸਵੀਰਾਂ ਦਿਖਾਵਾਂਗੇ ਕਿ ਪੈਲਸ ਦੇ ਵਿੱਚ ਨਿਊਜ਼ 18 ਪੰਜਾਬ ਦੀ ਜਿਹੜੀ ਵੱਡੀ LED ਆ ਲੱਗੀ ਹੋਈ ਹੈ। ਨਤੀਜੇ ਨਾਲ ਦੀ ਨਾਲ ਜਿਹੜੇ ਹੈਗੇ ਨੇ ਉਹ ਵਰਕਰ ਦੇਖ ਰਹੇ ਨੇ ਤੇ ਭੰਗੜੇ ਪਾਏ ਜਾ ਰਹੇ ਨੇ, ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ। ਦੇਖ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੇ ਵੱਲੋਂ, ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ, ਜਿਨ੍ਹਾਂ ਦੇ ਵੱਲੋਂ ਤਕਰੀਬਨ 2 ਮਹੀਨੇ ਮਿਹਨਤਾਂ ਕੀਤੀਆਂ ਗਈਆਂ ਸੀ ਸੰਗਰੂਰ ਦੀ ਸੀਟ ਜਿਤਾਉਣ ਦੇ ਲਈ, ਤਾਂ ਹੁਣ ਭੰਗੜੇ ਪਾਏ ਜਾ ਰਹੇ ਨੇ। ਕਿਵੇਂ ਦੇਖਦਾ ਬਾਈ ਭੰਗੜੇ ਪਾ ਰਹੇ ਜੀ? ਇਹ ਜਿੱਤ ਬਹੁਤ ਬੜੀ ਜਿੱਤ ਹੈ, ਇਹਨਾਂ ਨੇ ਬੜਾ ਗੰਦ ਪਾਇਆ ਪਿੱਛੇ ਸਰਕਾਰਾਂ ਨੇ। ਜਿਹੜਾ ਬਾਈ ਜਿੱਤੇ ਮੀਰ ਸਿੰਘ ਹੇਰ, ਬੜਾ ਨਾਈਸ ਪਰਸਨ, ਉਹਦੇ ਚਿਹਰੇ ਤੇ ਵੋਟ ਪਾਏ ਨੇ। ਜਿਹੜੇ ਲਹਿਰਾ ਗਾਗਾ ਸੀਟ ਆਈ ਹੈ ਵਰਿੰਦਰ ਸਿੰਘ ਵਕੀਲ ਜਿਹੜੇ MLA ਨੇ, ਉੱਥੇ ਜਿੱਥੇ ਜਿੰਨੇ ਵੀ ਵੋਟ ਪਏ ਨੇ ਬਾਈ ਮੀਰ ਹੇਰ ਦੇ ਫੇਸ ਨੂੰ ਦੇਖ ਕੇ ਵੋਟ ਪਾਏ ਗਏ ਨੇ। ਇਹ ਸਾਡੀ ਪੰਜਾਬ ਦੀ ਸਭ ਤੋਂ ਵੱਡੀ ਜਿੱਤ ਹੈ। ਭੰਗੜੇ ਦਾ ਪਾ ਰਹੇ ਹੋ, ਨੱਚ ਰਹੇ ਹੋ, ਗਾ ਰਹੇ ਹੋ, ਨਾਲ ਦੀ ਨਾਲ ਸਕਰੀਨ ਲਾ ਰਕੇ ਸਾਡੇ ਚੈਨਲ ਦੀ ਵੱਡੀ ਨਿਊਜ਼ 18 ਪੰਜਾਬ ਦੀ, ਨਾਲ ਦੀ ਨਾਲ ਭੰਗੜੇ ਪਾਉਣੇ ਨੇ, ਨਾਲ ਦੀ ਨਾਲ ਨਤੀਜੇ ਦੇਖਣੇ ਨੇ। ਬਾਈ ਜੀ ਇਹ ਖੁਸ਼ੀ ਇੰਨੀ ਹੈ ਕਿ ਰੁਕੇ ਨਹੀਂ ਜਾਂਦਾ। ਬਾਈ ਦੀ ਜਿੱਤ ਨੂੰ ਦੇਖਦੇ ਹੋਏ ਆਟੋਮੈਟਿਕ ਦਿਲ ਕਰਦਾ, ਪੈਰ ਉੱਠਦਾ। ਇਹ ਜਿੱਤ ਬਹੁਤ ਬੜੀ ਹੈ ਪੰਜਾਬ ਚ, ਅੱਗੇ ਕਾਮਯਾਬੀ ਦਾ ਦਿਖ ਰਿਹਾ ਵੀ ਅੱਗੇ ਪੰਜਾਬ ਦੀ ਜਿਹੜੀ ਉਤਰੀ ਹੋਈ ਪੱਟੀ ਹੈ ਦੁਆਰੇ ਲਹਿਰ ਫੜਦੀ ਹੋਈ ਦਿਖਾਈ ਦਿੰਦੀ ਵੀ ਤਰੱਕੀ ਹੋਣੀ ਹੈ ਪੰਜਾਬ। ਤਾਂ ਬਿਲਕੁਲ ਲਗਾਤਾਰ ਭੰਗੜੇ ਪੈ ਰਹੇ ਨੇ, ਨਿਊਜ਼ 18 ਪੰਜਾਬ ਦੀ ਵੱਡੀ ਸਕਰੀਨ ਦੇਖ ਸਕਦੇ ਹੋ ਤੁਸੀਂ, ਪੈਲਸ ਦੇ ਵਿੱਚ ਵੱਡੀ ਸਕਰੀਨ ਲੱਗੀ ਹੋ ਤੇ ਆਮ ਆਦਮੀ ਪਾਰਟੀ ਦੇ ਸਮਰਥਕ ਜਿਹੜੇ ਲਗਾਤਾਰ 2 ਮਹੀਨਿਆਂ ਤੋਂ ਮਿਹਨਤ ਕਰ ਰਹੇ ਸੀ ਚਲਦੀ ਗਰਮੀ ਦੇ ਵਿੱਚ, ਲਗਾਤਾਰ ਡੋਰ ਟੂ ਡੋਰ ਕੰਪੇਨਿੰਗ, ਰੋਡ ਸ਼ੋ, ਹਰ ਇੱਕ ਤਰੀਕੇ ਦਾ ਜਿਹੜਾ ਹੈਗਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀ। ਤਾਂ ਹੁਣ ਗੱਲ ਕਰੀਏ, ਜਦੋਂ ਲਗਾਤਾਰ ਲੀਡ ਅੱਗੇ ਜਾ ਰਹੀ ਆ
ਤਾਂ ਨਿਊਜ਼ 18 ਦੀ ਵੱਡੀ ਇੱਕ ਸਕਰੀਨ ਲੱਗੀ ਹੋਈ ਹੈ, ਨਤੀਜੇ ਨਾਲ ਦੀ ਨਾਲ ਚੱਲ ਰਹੇ ਨੇ ਤੇ ਨਾਲ ਦੀ ਨਾਲ ਜਿਹੜੇ ਭੰਗੜੇ ਨੇ ਉਹ ਪਾਏ ਜਾ ਰਹੇ ਨੇ, ਤਾਂ ਲਗਾਤਾਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕਿਉਂਕਿ ਗੁਰਮੀਤ ਸਿੰਘ ਵੀਰ ਲਗਭਗ ਸਵੇਰ ਤੋਂ ਜਿਹੜੇ ਹੈਗੇ ਨੇ ਲੀਡ ਦੇ ਵਿੱਚ ਨਜ਼ਰ ਆ ਰਹੇ ਨੇ। ਜਿੱਤ ਸਮਰਥਕਾਂ ਦੇ ਵੱਲੋਂ ਪੱਕੀ ਕਹੀ ਜਾ ਰਹੀ ਹੈ ਕਿ ਪੱਕੀ ਜਿੱਤਾ। ਬਾਈ ਕਿਵੇਂ ਦੇਖ ਰਹੇ ਹੋ, ਪਾ ਰਹੇ ਹੋ ਭੰਗੜੇ ਭੁਗੜੇ ਫਿਰ? ਬਾਈ ਜੀ ਮੀਂਹ ਤਿਹਾਰ ਜੀ ਜਿੱਤ ਕੇ 1.25 ਲੱਖ ਵੋਟ ਤੋਂ ਉੱਪਰ ਮਾਨ ਸਾਹਿਬ ਦੀ ਇੱਜ਼ਤ ਰਹੇਗੀ, ਜਿਵੇਂ ਕਿ ਮਾਨ ਸਾਹਿਬ ਨੇ ਜਿਹੜੇ ਉਹਦੇ ਵਰਕਰ ਸਾਰੇ ਹੀ ਖੁਸ਼ੀਆਂ ਮਨਾ ਰਹੇ ਨੇ। ਭੰਗੜੇ ਦਾ ਪਾ ਰਹੇ ਹੋ ਨਾਲ, ਸਾਡਾ ਨਿਊਜ਼ 18 ਵੀ ਦੇਖ ਰਹੇ ਹੋ, ਨਤੀਜੇ ਵੀ ਨਾਲ? ਬਿਲਕੁਲ ਜੀ, ਨਿਊਜ਼ 18 ਵੀ ਦੇਖ ਰਹੇ ਹਾਂ ਨਾਲ ਦੀ ਨਾਲ, ਨਤੀਜੇ ਵੀ ਦੇਖ ਰਹੇ ਹਾਂ।